ਐਗਜ਼ਿਟ ਪੋਲ ਤਾਂ ਮੇਰੇ ਹਿਸਾਬ ਨਾਲ ਤਾਂ ਫੇਕ ਹੀ ਹੈ ਜੀ ਕੰਮ ਸਾਰਾ। ਇੱਕ ਮਾਹੌਲ ਬਣਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ, ਐਗਜ਼ੈਕਟਲੀ ਕਹਾਣੀ ਹੋ ਰਿਹਾ ਜੀ, ਦੱਸਿਆ ਕੁਛ ਹੋਰ ਜਾ ਰਿਹਾ। ਲੋਕਾਂ ਦੇ ਵਿੱਚ ਇੱਕ ਅਜੀਬ ਜਿਹੀ ਕਿਸਮ ਦੀ ਨਾ ਇੱਕ ਅੰਦਰ ਸ਼ਸ਼ੋਪਾਂਜੀ ਹੈ ਜੀ ਕਿ ਅਸੀਂ ਵੋਟ ਪਾਈ ਹੈ, ਪਤਾ ਨਹੀਂ ਗਈ ਕਿ ਨਹੀਂ ਗਈ, ਅਤੇ ਹੋ ਸਕਦਾ ਦੇਸ਼ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਮਤਲਬ ਕਿਤੇ ਨਾ ਕਿਤੇ ਵਿਰੋਧ ਹੈ। 100% EVM ਜਿਹੜੀ ਹੈ 100% ਪਹਿਲਾਂ ਵੀ ਹੁੰਦਾ ਰਿਹਾ, ਹੁਣ ਵੀ ਸੰਭਾਵਨਾ ਕਿ ਕੁਛ ਨਾ ਕੋਈ ਗੜਬੜ ਹੋ ਸਕਦੀ ਹੈ ਜੀ। ਦੇਖੋ ਜੇ ਤਾਂ VVPAT ਨਾਲ ਮਿਲਾਨ ਹੁੰਦਾ ਜੀ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਜੀ, ਜੇ VVPAT ਨਾਲ ਮਿਲਾਨ ਨਹੀਂ ਹੁੰਦਾ ਜੀ ਤਾਂ ਫਿਰ ਕਿਤੇ ਨਾ ਕਿਤੇ ਗੜਬੜ ਹੈ ਜੀ। ਐਗਜ਼ਿਟ ਪੋਲ ਤਾਂ ਮੇਰੇ ਹਿਸਾਬ ਨਾਲ ਤਾਂ ਫੇਕ ਹੀ ਹੈ ਜੀ ਕੰਮ ਸਾਰਾ। ਇੱਕ ਮਾਹੌਲ ਬਣਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ, ਐਗਜ਼ੈਕਟਲੀ ਕਹਾਣੀ ਹੋ ਰਿਹਾ ਜੀ, ਦੱਸਿਆ ਕੁਛ ਹੋਰ ਜਾ ਰਿਹਾ। ਲੋਕਾਂ ਦੇ ਵਿੱਚ ਇੱਕ ਅਜੀਬ ਜਿਹੀ ਕਿਸਮ ਦੀ ਨਾ ਇੱਕ ਅੰਦਰ ਸ਼ਸ਼ੋਪਾਂਜੀ ਹੈ ਜੀ ਕਿ ਅਸੀਂ ਵੋਟ ਪਾਈ ਹੈ, ਪਤਾ ਨਹੀਂ ਗਈ ਕਿ ਨਹੀਂ ਗਈ, ਅਤੇ ਹੋ ਸਕਦਾ ਦੇਸ਼ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਮਤਲਬ ਕਿਤੇ ਨਾ ਕਿਤੇ ਵਿਰੋਧ ਹੈ। 100% EVM ਜਿਹੜੀ ਹੈ 100% ਪਹਿਲਾਂ ਵੀ ਹੁੰਦਾ ਰਿਹਾ, ਹੁਣ ਵੀ ਸੰਭਾਵਨਾ ਕਿ ਕੁਛ ਨਾ ਕੋਈ ਗੜਬੜ ਹੋ ਸਕਦੀ ਹੈ ਜੀ। ਦੇਖੋ ਜੇ ਤਾਂ VVPAT ਨਾਲ ਮਿਲਾਨ ਹੁੰਦਾ ਜੀ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਜੀ, ਜੇ VVPAT ਨਾਲ ਮਿਲਾਨ ਨਹੀਂ ਹੁੰਦਾ ਜੀ ਤਾਂ ਫਿਰ ਕਿਤੇ ਨਾ ਕਿਤੇ ਗੜਬੜ ਹੈ ਜੀ। ਐਗਜ਼ਿਟ ਪੋਲ ਤਾਂ ਮੇਰੇ ਹਿਸਾਬ ਨਾਲ ਤਾਂ ਫੇਕ ਹੀ ਹੈ ਜੀ ਕੰਮ ਸਾਰਾ। ਇੱਕ ਮਾਹੌਲ ਬਣਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ, ਐਗਜ਼ੈਕਟਲੀ ਕਹਾਣੀ ਹੋ ਰਿਹਾ ਜੀ, ਦੱਸਿਆ ਕੁਛ ਹੋਰ ਜਾ ਰਿਹਾ। ਲੋਕਾਂ ਦੇ ਵਿੱਚ ਇੱਕ ਅਜੀਬ ਜਿਹੀ ਕਿਸਮ ਦੀ ਨਾ ਇੱਕ ਅੰਦਰ ਸ਼ਸ਼ੋਪਾਂਜੀ ਹੈ ਜੀ ਕਿ ਅਸੀਂ ਵੋਟ ਪਾਈ ਹੈ, ਪਤਾ ਨਹੀਂ ਗਈ ਕਿ ਨਹੀਂ ਗਈ, ਅਤੇ ਹੋ ਸਕਦਾ ਦੇਸ਼ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਮਤਲਬ ਕਿਤੇ ਨਾ ਕਿਤੇ ਵਿਰੋਧ ਹੈ। 100% EVM ਜਿਹੜੀ ਹੈ 100% ਪਹਿਲਾਂ ਵੀ ਹੁੰਦਾ ਰਿਹਾ, ਹੁਣ ਵੀ ਸੰਭਾਵਨਾ ਕਿ ਕੁਛ ਨਾ ਕੋਈ ਗੜਬੜ ਹੋ ਸਕਦੀ ਹੈ ਜੀ। ਦੇਖੋ ਜੇ ਤਾਂ VVPAT ਨਾਲ ਮਿਲਾਨ ਹੁੰਦਾ ਜੀ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਜੀ, ਜੇ VVPAT ਨਾਲ ਮਿਲਾਨ ਨਹੀਂ ਹੁੰਦਾ ਜੀ ਤਾਂ ਫਿਰ ਕਿਤੇ ਨਾ ਕਿਤੇ ਗੜਬੜ ਹੈ ਜੀ। ਐਗਜ਼ਿਟ ਪੋਲ ਤਾਂ ਮੇਰੇ ਹਿਸਾਬ ਨਾਲ ਤਾਂ ਫੇਕ ਹੀ ਹੈ ਜੀ ਕੰਮ ਸਾਰਾ। ਇੱਕ ਮਾਹੌਲ ਬਣਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ, ਐਗਜ਼ੈਕਟਲੀ ਕਹਾਣੀ ਹੋ ਰਿਹਾ ਜੀ, ਦੱਸਿਆ ਕੁਛ ਹੋਰ ਜਾ ਰਿਹਾ। ਲੋਕਾਂ ਦੇ ਵਿੱਚ ਇੱਕ ਅਜੀਬ ਜਿਹੀ ਕਿਸਮ ਦੀ ਨਾ ਇੱਕ ਅੰਦਰ ਸ਼ਸ਼ੋਪਾਂਜੀ ਹੈ ਜੀ ਕਿ ਅਸੀਂ ਵੋਟ ਪਾਈ ਹੈ, ਪਤਾ ਨਹੀਂ ਗਈ ਕਿ ਨਹੀਂ ਗਈ, ਅਤੇ ਹੋ ਸਕਦਾ ਦੇਸ਼ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਮਤਲਬ ਕਿਤੇ ਨਾ ਕਿਤੇ ਵਿਰੋਧ ਹੈ। 100% EVM ਜਿਹੜੀ ਹੈ 100% ਪਹਿਲਾਂ ਵੀ ਹੁੰਦਾ ਰਿਹਾ, ਹੁਣ ਵੀ ਸੰਭਾਵਨਾ ਕਿ ਕੁਛ ਨਾ ਕੋਈ ਗੜਬੜ ਹੋ ਸਕਦੀ ਹੈ ਜੀ। ਦੇਖੋ ਜੇ ਤਾਂ VVPAT ਨਾਲ ਮਿਲਾਨ ਹੁੰਦਾ ਜੀ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਜੀ, ਜੇ VVPAT ਨਾਲ ਮਿਲਾਨ ਨਹੀਂ ਹੁੰਦਾ ਜੀ ਤਾਂ ਫਿਰ ਕਿਤੇ ਨਾ ਕਿਤੇ ਗੜਬੜ ਹੈ ਜੀ। ਐਗਜ਼ਿਟ ਪੋਲ ਤਾਂ ਮੇਰੇ ਹਿਸਾਬ ਨਾਲ ਤਾਂ ਫੇਕ ਹੀ ਹੈ ਜੀ ਕੰਮ ਸਾਰਾ। ਇੱਕ ਮਾਹੌਲ ਬਣਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ, ਐਗਜ਼ੈਕਟਲੀ ਕਹਾਣੀ ਹੋ ਰਿਹਾ ਜੀ, ਦੱਸਿਆ ਕੁਛ ਹੋਰ ਜਾ ਰਿਹਾ। ਲੋਕਾਂ ਦੇ ਵਿੱਚ ਇੱਕ ਅਜੀਬ ਜਿਹੀ ਕਿਸਮ ਦੀ ਨਾ ਇੱਕ ਅੰਦਰ ਸ਼ਸ਼ੋਪਾਂਜੀ ਹੈ ਜੀ ਕਿ ਅਸੀਂ ਵੋਟ ਪਾਈ ਹੈ, ਪਤਾ ਨਹੀਂ ਗਈ ਕਿ ਨਹੀਂ ਗਈ, ਅਤੇ ਹੋ ਸਕਦਾ ਦੇਸ਼ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਮਤਲਬ ਕਿਤੇ ਨਾ ਕਿਤੇ ਵਿਰੋਧ ਹੈ। 100% EVM ਜਿਹੜੀ ਹੈ 100% ਪਹਿਲਾਂ ਵੀ ਹੁੰਦਾ ਰਿਹਾ, ਹੁਣ ਵੀ ਸੰਭਾਵਨਾ ਕਿ ਕੁਛ ਨਾ ਕੋਈ ਗੜਬੜ ਹੋ ਸਕਦੀ ਹੈ ਜੀ। ਦੇਖੋ ਜੇ ਤਾਂ VVPAT ਨਾਲ ਮਿਲਾਨ ਹੁੰਦਾ ਜੀ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਜੀ, ਜੇ VVPAT ਨਾਲ ਮਿਲਾਨ ਨਹੀਂ ਹੁੰਦਾ ਜੀ ਤਾਂ ਫਿਰ ਕਿਤੇ ਨਾ ਕਿਤੇ ਗੜਬੜ ਹੈ ਜੀ।